ਪਰਮਵੀਰ, ਆ ਕਿਸ ਤਰ੍ਹਾਂ ਲੱਗਦਾ ਹੈ ਪਟਿਆਲਾ ਦੇ ਲੋਕਾਂ ਦੇ ਕੀ ਮੁੱਦੇ ਨੇ, ਕਿਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਵੋਟ ਲੋਕਾਂ ਦੇ ਵੱਲੋਂ ਦਿੱਤੀ ਜਾਵੇਗੀ, ਕੀ ਕੁਝ ਟੇਸਟ ਪਟਿਆਲਾ ਦੇ ਲੋਕਾਂ ਦਾ ਨਜ਼ਰ ਆ ਰਿਹਾ ਇਸ ਵਕਤ? ਡਾਂਗਾ ਮਾਰਦੇ ਸੀ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਲੋਕ ਜ਼ਰੂਰ ਆਪਣੇ ਕੋਈ ਨਾ ਕੋਈ ਮੁੱਦੇ ਕਹਿ ਸਕਦੇ। ਚਾਹੇ ਵਪਾਰੀਆਂ ਦੀ ਗੱਲ ਕਰੀਏ, ਵਪਾਰੀਆਂ ਦਾ ਸਭ ਤੋਂ ਵੱਡਾ ਮੁੱਦਾ ਹੈਗਾ ਉਸਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਵਪਾਰੀ ਬੜੇ ਪਰੇਸ਼ਾਨ ਨੇ। ਉਹਨਾਂ ਨੂੰ ਕਿਹਾ ਜਾ ਰਿਹਾ ਕਿ ਕਾਨੂੰਨ ਵਿਵਸਥਾ ਪੰਜਾਬ ਦੇ ਵਿੱਚ ਜਿਹੜੀ ਠੀਕ ਨਹੀਂ ਚੱਲ ਰਹੀ ਹੈਗੀ, ਉਹਨਾਂ ਦਾ ਵੀ ਇੱਕ ਵੱਡਾ ਮੁੱਦਾ ਹੈਗਾ। ਦੂਜਾ ਬੇਰੁਜ਼ਗਾਰੀ ਦਾ ਮੁੱਦਾ, ਤੀਜਾ ਆਪਾਂ ਗੱਲ ਕਰੀਏ ਤਾਂ ਸਿਹਤ ਸੇਵਾਵਾਂ ਨੂੰ ਲੈ ਕੇ ਵੱਡੇ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਤੋਂ ਵੀ ਚੱਲ ਰਿਹਾ ਸੀ ਤੇ ਹੁਣ ਵੀ ਲਗਾਤਾਰ ਜਾਰੀ ਆ। ਕਾਫੀ ਅਜਿਹੇ ਮੁੱਦੇ ਨੇ ਜਿਹਨਾਂ ਦੇ ਉੱਪਰ ਹਾਲੇ ਟੱਪ ਹੋਣਾ ਬਾਕੀ ਆ। ਜਦਕਿ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਅਸੀਂ 90% ਉਹ ਅਸੀਂ ਪੂਰੀਆਂ ਕਰ ਚੁੱਕੇ ਆ, ਪਰ ਆਮ ਲੋਕ ਨੇ ਉਹ ਗਰੰਟੀਆਂ ਦੇ ਉੱਪਰ ਇਹ ਕਹਿ ਰਹੇ ਨੇ ਕਿ ਗਰੰਟੀਆਂ ਦਿੱਤੀਆਂ ਜ਼ਰੂਰ ਨੇ ਪਰ ਉਹ ਪੂਰੀਆਂ ਨਹੀਂ ਹੋਈਆਂ। ਕਰਨਵੀਰ, ਤੁਹਾਡੇ ਆਸ ਪਾਸ ਕੁਝ ਲੋਕ ਜਿਹੜੇ ਮੌਜੂਦ ਨੇ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰੋ ਤੇ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਕਿਸ ਨੂੰ ਪਟਿਆਲਾ ਦੇ ਵਿੱਚ ਜਿੱਤਦਾ ਵੇਖਣਾ ਚਾਹੁੰਦੇ ਨੇ। ਬਾਕੀ ਨੇ ਜਾਂ ਜਿਹੜੇ ਨਹੀਂ ਹੋਏ ਹੈਗੇ ਕੰਮ ਨੇ ਜਾਂ ਮੁੱਦਿਆਂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਮੇਨ ਮੁੱਦਾ ਕਿਸਾਨਾਂ ਨੂੰ ਵੀ ਐਮਐਸਪੀ 25 ਸਾਲ ਆਰਾ ਮੁੱਖ ਸਰਕਾਰ ਵੱਲੋਂ ਲਾਇਆ ਗਿਆ। ਇਸ ਕਰਕੇ ਆਪਾਂ ਇਹ ਸਾਰਾ ਅੱਜ ਕੰਮ ਕਰ ਰਹੇ ਕਿਸਾਨਾਂ ਜਿਹੜੇ ਸਰਕਾਰ ਸਰਕਾਰ ਨੇ ਕਈ ਮਤਲਬ ਐਮਐਸਪੀ ਜਿਹੜੀ ਸ਼ਹਿਰਾਂ ਦੇ ਵਿੱਚ ਮਨਰੇਗਾ ਸਕੀਮ ਉਹ ਅਸੀਂ ਲਾਗੂ ਕਰਨੀ ਹੈ, ਸਾਡੀ ਸਰਕਾਰ ਬਣ ਕੇ ਬੈਂਕ 1,00,000 ਰੁਪਇਆ 8,500 ਦਾ ਮਹੀਨਾ, ਪਰ ਜਿਹੜੀ ਗਰੀਬ ਵਰਗ ਦੀ ਔਰਤਾਂ ਉਹਨੂੰ ਦੇਣਾ 1,00,000 ਰੁਪਇਆ, ਜਿਹੜਾ ਬੰਦਾ ਗ੍ਰੈਜੂਏਸ਼ਨ ਹੋ ਜਾਂਦਾ ਜਿਹਦਾ ਕੋਈ ਜੋਬ ਨਹੀਂ ਮਿਲਦੀ ਉਹ ਲੜਕੇ ਨੂੰ ਦੇਣਾ 30 ਲੱਖ ਦੀ ਸਰਕਾਰੀ ਨੌਕਰੀ। ਇਹ ਮੁੱਦਾ ਨਹੀਂ ਲੈ ਚੱਲਣਾ ਚਾਹੁੰਦਾ। ਲੱਗਦੀ ਵੀ ਇੱਕ ਜਿਹੜੀ ਆਪਣੀ ਪਾਰਟੀ ਦਾ ਵੀ ਜੋ ਕਹਿ ਰਹੇ ਸੀ 90% ਕਰਦੀ ਉਹ ਲੱਗਦਾ ਕਿ ਗਰਾਊਂਡ ਤੇ ਕੋਈ ਨਹੀਂ ਹੈਗਾ ਜੀ, ਮੁੱਦਾ ਗਰਾਊਂਡ ਤੇ ਕੋਈ ਮੁੱਦਾ ਨਹੀਂ ਹੈਗਾ। ਸਾਡੇ ਪੰਜਾਬ ਦਾ ਬੇਰੁਜ਼ਗਾਰ ਮੁੱਦਾ ਹੈ।